ਸੀਨੇ ਠੰਡ ਪਾ ਦੇ ਹੈ ਸੀਨੇ ਠੰਡ ਅਦੀਨਾ ਪਰੇ ਹੋਏਗਾ ਤੇ ਸੀਨੇ ਪਹੁੰਚਾਂਗਾ ਨਾ ਖੂਬਸੂਰਤੀ ਨਾਲ ਮੋਟੀਆਂ ਮੋਟੀਆਂ ਤੂੰ ਬਾਹਰ ਆਈਆਂ ਉਹ ਤੇ ਉਹਦੇ ਵਜ਼ਨ ਨਾਲ ਆਈਆਂ ਆਰਾਮ ਨਾਲ ਮੇਰੇ ਨਾਲ ਗੱਲ ਕਰੀ ਮੈਂ ਤੈਨੂੰ ਦੱਸਾਂ ਇਹੋ ਜਿਹੀਆਂ ਮਾਈਆਂ ਸੁੱਤੀਆਂ ਪਈਆਂ ਆਪਣੇ ਖਰਾਟੇ ਦੀ ਆਵਾਜ਼ ਸੁਣ ਕੇ ਡਰ ਜਾਂਦੀਆਂ ਕੌਣ ਵੇ ਇੱਥੇ ਕੌਣ ਇੱਥੇ ਕੌਣ ਇੱਧਰ ਨੂੰ ਕੋਈ ਹੈ ਹੁਣ ਇੱਧਰ ਆ ਮਾਮਾ ਜੀ ਓ ਬੇਟਾ ਤੂੰ ਆਇਆ ਓ ਮੇਰਾ ਕੰਨ ਹੀ ਨਾ ਖਾ ਜੀ ਕੁੱਤੇ ਦੇ ਆ ਪੁੱਤਰਾ ਕੰਨ ਤੇਰਾ ਸ਼ੁਕਰ ਹੈ ਸਟੈਂਡ ਤੇ ਲੱਗ ਗਿਆ ਜਿਸ ਦਿਨ ਸੋਟੀ ਸਲਿਪ ਹੋ ਗਈ ਨਾ ਮੈਂ ਮਾਰਿਆ ਜਾਣਾ ਉਸ ਉਹ ਕਿੰਨੀ ਕੁ ਦੂਰ ਜਾਏ ਸੋਟੀ ਹੁਣ ਮੇਰੇ ਮਰਦਿਆਂ ਪਿਓ ਨੇ ਵਸੀਅਤ ਕੀਤੀ ਸੀ ਕਿ ਜ਼ਾਲਮਾਂ ਕੋਲੋਂ ਆਪਣੀ ਜ਼ਮੀਨ ਜ਼ਰੂਰ ਛਡਵਾ ਲੈ ਤੇ ਮੈਂ ਜ਼ਮੀਨ ਛਡਵਾ ਕੇ ਛੱਡੀ ਭਾਵੇਂ ਇੱਥੇ ਜੋ ਮਰਜ਼ੀ ਹੋ ਜਾਏ ਸ਼ਾਬਾਸ਼ ਜ਼ਰੂਰ ਜ਼ਮੀਨ ਛਡਾਉਣੀ ਤੂੰ ਠੀਕ ਹੈ ਲਿਆ 5 ਲੱਖ ਰੁਪਇਆ ਗੱਲ ਸੁਣ ਮੇਰੇ ਹਾਲਾਤ ਨਹੀਂ ਠੀਕ ਛੱਡ ਦੇ ਤੇਰੀ ਤੇ ਆਪਣੀਆਂ ਮੇਂਗਲਾਂ 2,500 ਦੀਆਂ ਹੋ ਜਾਂਦੀਆਂ ਨਾ ਮੇਰੀ ਸੁਣਵਾ ਕੰਨ ਓ ਫਿੱਟੇ ਤੇਰਾ ਲਾਂਦੀਆ ਸਾਡੇ ਕੋਲ ਪੈਸਾ ਸੁੱਟਣਾ ਨਹੀਂ ਆਇਆ ਤੇ ਤੇਰਾ ਵਰਗਾ ਕੁੱਤਾ ਬਿਲਾਂ ਨੂੰ ਅਸੀਂ ਪੈਸਾ ਦੇਣੇ ਫਿਰੀਏ ਨਹੀਂ ਮਾਈਆ ਓਏ ਬਗਰਤਾ ਇਹਨੂੰ ਸਮਝਾ ਲੈ ਮੈਂ ਤੈਨੂੰ ਕਹੀ ਜਾਣਾ ਮਾਮਾ ਇਹਨੂੰ ਸਮਝਾ ਲੈ ਮੈਂ ਇਹਦੀ ਧੀ ਲੱਭਣੀ ਆ ਹਲ ਵੱਡੀ ਮਾਮੀ ਬੜੀ ਹੋ ਗਿਆ ਤੈਨੂੰ ਉਹ ਤੂੰ ਕਹੀ ਜਾਂਦੇ ਆ ਰਸਤੇ ਦੇ ਵਿੱਚ ਮੈਨੂੰ ਪੁੱਛ ਤੋ ਤੇ ਜਾਈ ਕੀ ਹੋਇਆ ਕੀ ਹੋਇਆ ਉਹ ਟ੍ਰੇਨ ਦੇ ਵਿੱਚ ਬੈਠਾ ਟ੍ਰੇਨ ਦੇ ਡੱਬੇ 'ਚ ਰਸ਼ ਬੜਾ ਸੀ ਮੈਂ ਸ਼ੋਖੀ ਕੀਤੀ ਚਲਾਕੀ ਕੀਤੀ ਮੈਂ ਰੌਲਾ ਪਾਤਾ ਮੈਂ ਕਿਹਾ ਡੱਬੇ ਸਾਫੀ ਹੋਏ ਸਾਫੀ ਹੋਏ ਸਾਫੀ 1 ਮਿੰਟ 'ਚ ਡੱਬਾ ਖਾਲੀ ਮੈਂ ਬਰਤ ਚੜ ਕੇ ਸੌਂ ਗਿਆ ਫਿਰ 3 ਚੜਿਆ ਮੈਂ ਇੱਕ ਬੰਦੇ ਨੂੰ ਪੁੱਛਿਆ ਭਾਈ ਲਾਹੌਰ ਆ ਗਿਆ ਕਹਿੰਦਾ ਲਾਹੌਰ ਦਾ ਤਾਂ ਪਤਾ ਕੋਈ ਨਹੀਂ ਇਹ ਡੱਬੇ 'ਚੋਂ ਸਾਫ ਡਿੱਗ ਰਿਹਾ ਸੀ ਡੱਬਾ ਇੱਥੇ ਲਾ ਗਏ ਸ਼ਹਿਰ ਜਾ ਕੇ ਮਾਮੇ ਦੀ ਧੀ ਪਸੰਦ ਕਰ ਲਈ ਜੇ ਤੈਨੂੰ ਪਸੰਦ ਆ ਜਾਏ ਉਹਦੇ ਨਾਲ ਵਿਆਹ ਕੜਕਾ ਲਈ ਬਿਲਕੁਲ ਠੀਕ ਹੈ ਤੂੰ ਏਡਾ ਸਲਮਾਨ ਖਾਨ ਜਿਹੜੀਆਂ ਖਿੱਚੀਆਂ ਸੀ ਵੰਡੀਆਂ ਗਈਆਂ ਖੁਸ਼ੀ ਬਾਹਰ ਲਿਖ ਕੇ ਲਾਇਆ ਬਗੈਰ ਤੋਂ ਦਾਖਲਾ ਮਨਾ ਹੈ ਉਹਨੇ ਜਾ ਕੇ ਇੱਕ ਅੱਧਾ ਵੀ ਜਾਣ ਦਿਓ ਭਾਜੀ ਕੀ ਹੈ ਇਹਦਾ ਇੱਕ ਅੱਧਾ ਤੇ ਜਾਣ ਦਿਆ ਅੰਦਰ ਧੌਣ ਚੁੱਕ ਕੇ ਕਹਿੰਦਾ ਇੱਕ ਦੀ ਇਜਾਜ਼ਤ ਸੀ ਮੈਂ ਬੈਠਾ ਤੂੰ ਨਿਕਲ ਬਦਤਮੀਜ਼ੀ ਬਦਤਮੀਜ਼ ਆਪਣੀ ਬੁੱਢੀ ਦੀਆਂ ਸੋਨੇ ਦੀਆਂ ਵਾਲੀਆਂ ਲੈ ਕੇ ਸਿਨੇਮੇ ਚਲਾ ਗਿਆ ਬੁਕਿੰਗ ਤੇ ਕਹਿੰਦਾ ਜੀ ਆ ਵੇਚਣੀਆਂ ਨੇ ਉਹ ਕਹਿੰਦਾ ਬਗੈਰਤਾ ਹੈ ਸਿਨੇਮਾ ਕਹਿੰਦਾ ਬਾਹਰ ਤੇ ਲਿਖਿਆ ਭੋਲਾ ਸੁਨਿਆਰਾ ਇਹ ਆਪਣੀ ਬੀਵੀ ਲੈ ਕੇ ਲਾਰੀ ਅੱਡ ਗਿਆ ਉੱਥੇ ਬੱਸ ਵਾਲਾ ਕਹਿੰਦਾ 2 ਨੰਬਰ ਇਹ ਆਪਣੀ ਬੀਵੀ ਨੂੰ ਕਹਿੰਦਾ ਇਹਨਾਂ ਗੱਲਾਂ ਤੋਂ ਮੈਂ ਤੇਰੇ ਨਾਲ ਘਰੋਂ ਬਾਹਰ ਨਹੀਂ ਨਿਕਲਦਾ ਹੈਗਾ
ਓਏ ਤੇਰੀ ਵਜ੍ਹਾ ਤੋਂ ਆ ਵੇ ਮੇਰੀ ਬਣਾ ਲਾ ਇਹਦੀ ਬਜ਼ਾਰੋਂ ਲੱਭ ਜਾਂਦੀ ਹੈ। ਬਕਵਾਸ ਬੰਦ ਕਰ, ਆਇਆ ਕਿਧਰੋਂ? ਓਏ ਮੈਂ ਆਪਣੇ ਮਾਮੇ ਦੀ ਧੀ ਨਾਲ ਵਿਆਹ ਕਰਨ ਵਾਸਤੇ ਆ ਪਿੰਡੋਂ ਲੈ ਕੇ ਬਹਿ ਗਿਆ ਪਿੰਡੋਂ ਆਇਆ ਨਾ। ਹਾਂ ਪਿੰਡੋਂ ਨੂੰ ਅਕਲ ਹੀ ਨਹੀਂ ਹੁੰਦੀ, ਸੁਬਾ ਸੁਬਾ ਫਸਲਾਂ ਦੀ ਜਾਓ ਇਹੋ ਜਿਹੇ ਪਿੰਡੋਂ ਅੱਗੋਂ ਧੌਣ ਕੱਢ ਕੇ ਉਧਰੋਂ ਪਰਲੀ ਸਾਈਡ ਤੇ ਵੀ ਸਾਲਿਆ ਤੂੰ ਕਿਹੜਾ ਅੰਦਰ ਕੰਪਿਊਟਰ ਖੋਲ ਕੇ ਬੈਠਾ? ਇਹੋ ਜਿਹੇ ਸ਼ਹਿਰੀ ਆ ਵੀ ਜਾਂਦੇ ਨੇ ਪਿੰਡ ਕਮਾਤਾ ਦੇ ਵਿੱਚ ਸਵੇਰ ਸਵੇਰ, ਜਿਹੜੀ ਸ਼ਹਿਰ 'ਚ ਤੂੰ ਹੱਲ ਕਰਨ ਲਿਆ ਨਾ ਬੈਗ ਸੇਕ ਲੱਗ ਪੈਂਦੇ ਉਹ ਅੱਗੋਂ ਭਾਵੇਂ ਕੁਛ ਵੀ ਪਿਆ ਹੋਵੇ। ਪੇਂਡੂ ਪੇਂਡੂ ਜ਼ਿੰਦਗੀ 'ਚ ਦੋ ਵਾਰੀ ਕੁੱਕੜ ਖਾਂਦਾ ਹੀ, ਇੱਕ ਵਾਰੀ ਉਦੋਂ ਜਦੋਂ ਪੇਂਡੂ ਬਿਮਾਰ ਹੋਵੇ ਜਾਂ ਫਿਰ ਉਦੋਂ ਜਦੋਂ ਕੁੱਕੜ ਬਿਮਾਰ ਹੋਵੇ। ਇਹ ਪੰਜ ਭਰਾ ਸਨ, ਪੰਜੇ ਵੇਲੇ ਫਿਰਦੇ ਸਨ, ਕੋਈ ਕੰਮ ਨਹੀਂ ਸੀ ਕਰਦੇ। ਉਹਨਾਂ ਸਾਰਿਆਂ ਨੇ ਪੈਸੇ ਪਾ ਕੇ ਇੱਕ ਟੈਕਸੀ ਲਈ, ਮਹੀਨਾ ਲੈ ਕੇ ਫਿਰਦੇ ਨੇ, ਵਿੱਚ ਕੋਈ ਸਵਾਰੀ ਨਹੀਂ ਬੈਠੀ। ਕਿਉਂ? ਉਹ ਤਿੰਨ ਜਣੇ ਪਿੱਛੇ ਬੈਠੇ ਸਨ, ਦੋ ਜਣੇ ਅੱਗੇ ਬੈਠੇ ਸਨ। ਵੀ ਸਾਲੇ ਉਹ ਆਪ ਉਤਰੋਗੇ ਤਾਂ ਸਵਾਰੀ ਵਿੱਚ ਬਹੇਗੀ। ਇਹਨੇ ਆਪਣੇ ਆਪੇ ਨੂੰ ਗੱਡੀ ਲੈ ਕੇ ਦਿੱਤੀ, ਉਹਦੀ ਇੱਕ ਬਾਂਹ ਲਵਾਤੀ। ਮੈਂ ਕਿਹਾ ਆਪੇ ਨੂੰ ਗੱਡੀ ਲੈ ਕੇ ਦਿੱਤੀ, ਬਾਂਹ ਕਿਉਂ ਵਡਾਈ ਹੈ? ਕਹਿੰਦਾ ਇੱਕ ਹੱਥ ਗੱਡੀ ਰਵੇ ਤਾਂ ਠੀਕ ਰਹਿੰਦੀ। ਇਹ ਲਾਹੌਰੋਂ ਕਰਾਚੀ ਜਾ ਰਿਹਾ ਟ੍ਰੇਨ ਦੇ ਵਿੱਚ, ਉਹ ਰਸਤੇ ਟ੍ਰੇਨ 'ਚ ਡਾਕਾ ਪੈ ਗਿਆ, ਡਾਕੂ ਆ ਗਏ, ਇਹਦੇ ਅੱਗੇ ਇੱਕ ਔਰਤ ਬੈਠੀ। ਡਾਕੂ ਉਸ ਔਰਤ ਨੂੰ ਆ ਕੇ ਕੱਢ ਦੇਣੀ, ਔਰਤੇ ਤੇਰੇ ਕੋਲ ਜੋ ਕੁਛ ਵੀ ਹੈਗਾ। ਔਰਤ ਨੇ ਸਾਰਾ ਜੇਵਰ ਸਾਰਾ ਪੈਸਾ ਪੂਸਾ ਕੱਢ ਕੇ ਬਣਾਇਆ। ਡਾਕੂ ਕਹਿੰਦੇ ਦੱਸ ਤੇਰਾ ਨਾਂ ਕੀ ਹੈ? ਉਹ ਕਹਿੰਦੀ ਮੇਰਾ ਨਾਂ ਕੌਸਰ ਹੈ। ਡਾਕੂ ਨੂੰ ਕਹਿੰਦੇ ਸਾਡਾ ਸਾਰਾ ਕੁਛ ਵਾਪਸ ਕਰ ਲੈ, ਸਾਡੀਆਂ ਭੈਣੇ ਕਿਉਂਕਿ ਕੌਸਰ ਸਾਡੀ ਭੈਣ ਦਾ ਨਾਂ ਸੀ, ਸਭ ਕੁਛ ਵਾਪਸ ਲੈ। ਪਿਛਲੀ ਸੀਟ 'ਤੇ ਇਹ ਵੀ ਚੌਲ ਬੈਠਾ ਸੀ, ਹੁਣ ਇਹਦਾ ਵੀ ਸਾਰਾ ਕੁਛ ਕਢਾ ਲਿਆ। ਇਹਨੂੰ ਕਹਿੰਦੇ ਤੇਰਾ ਕੀ ਨਾਂ? ਕਹਿੰਦਾ ਨਾਂ ਤਾਂ ਮੇਰਾ ਸਾਦਕ ਹੈ, ਉਂਝ ਮੈਨੂੰ ਕੌਸਰ ਕੌਸਰ ਕਹਿੰਦੇ ਨੇ। ਉਹ ਫਿਰ ਕੌਸਰ ਵਿੱਚੋਂ ਇੱਕ ਦੀ ਬੁੱਢੀ ਦਾ ਵੀ ਨਾਂ ਸੀ, ਉਹਨੇ ਲਾਹ ਲਿਆ ਨੂੰ ਥੱਲੇ। ਮੈਂ ਕਿਹਾ ਕੌਸਰ ਬਣਿਆ ਮੇਰੀ ਇੱਜ਼ਤ ਨਹੀਂ ਘਟਦੀ, ਕੌਸਰ ਬਣ ਕੇ ਮਾਲ ਵਾਪਸ ਆਉਂਦੇ। ਇਹ ਤਾਂ ਨਵਾਂ ਨਵਾਂ ਵਿਆਹ ਹੋਇਆ, ਆਪਣੀ ਬੁੱਢੀ ਨੂੰ ਲੈ ਕੇ ਆਪਣੇ ਪਿਓ ਦੀ ਕਬਰ 'ਚ ਗਿਆ, ਜਾ ਕੇ ਕਹਿੰਦਾ ਅੱਬਾ ਜੀ ਤੁਹਾਡੇ ਦਿਲ 'ਚ ਬੜੀ ਖਾਹਿਸ਼ ਕਿ ਤੁਹਾਡੇ ਪੁੱਤਰ ਦਾ ਵਿਆਹ ਹੋਵੇ, ਇਹ ਕੰਮ ਤੁਹਾਡੀ ਹਯਾਤੀ 'ਚ ਨਹੀਂ ਹੋ ਸਕਿਆ, ਤੁਹਾਡੇ ਮਰਨ ਤੋਂ ਬਾਅਦ ਮੈਂ ਵਿਆਹ ਕਰਕੇ ਆਪਣੀ ਬੀਵੀ ਅਤੇ ਤੁਹਾਡੀ ਨੂੰਹ ਨੂੰ ਲੈ ਕੇ ਤੁਹਾਡੇ ਕੋਲ ਆਇਆ। ਅੱਖਾਂ ਖੋਲੋ ਅੱਬਾ ਜੀ। ਚੌਕੀਦਾਰ ਕਹਿੰਦਾ ਤੂੰ ਬਸ਼ੀਰ ਦਾ ਪੁੱਤਰ ਹੈ? ਕਹਿੰਦਾ ਹਾਂਜੀ। ਕਹਿੰਦਾ ਉਹਦੀ ਕਬਰ ਉਹ ਹੀ। ਮੈਨੂੰ ਦੱਸ ਮੇਰਾ ਕਮਰਾ ਕਿਹੜਾ? ਤੇਰਾ ਕਮਰਾ ਪਿੰਡ ਕੋ, ਇੱਥੇ ਲੈਣ ਕੀ ਆਇਆ ਤੂੰ? ਇੱਧਰ ਮੈਂ ਮਾਮੇ ਦੀ ਧੀ ਨਾਲ ਵਿਆਹ ਕਰਨ ਆਇਆ। ਅੱਛਾ ਜੀ। ਹਾਂ ਮੈਂ, ਮੈਨੂੰ ਈਜ਼ੀ ਨਾ ਲੈ, ਮੈਂ ਬੜੇ ਵੱਡੇ ਸਾਇੰਸਦਾਨ ਪਿਓ ਦਾ ਪੁੱਤਰ ਹਾਂ। ਅੱਛਾ ਜੀ। ਮੇਰੇ ਅੱਬਾ ਜੀ ਐਡੇ ਵੱਡੇ ਸਾਇੰਸਦਾਨ ਸਨ ਕਿ ਉਹਨਾਂ ਕੋਲ ਇੱਕ ਛਤਰੀ ਸੀ ਤੇ 9 ਜਣੇ ਸਨ ਤੇ ਕੋਈ ਵੀ ਨਹੀਂ ਭਿੱਜਿਆ। ਉਹ ਕਿਉਂ? ਬਾਰਿਸ਼ ਨਹੀਂ ਸੀ ਹੋਣ ਡਈ।